ਅੱਜ ਅੰਮ੍ਰਿਤਸਰ ਵਿੱਚ ਭਾਜਪਾ ਦੁਆਰਾ ਕਾਂਗਰਸ ਦੇ ਖਿਲਾਫ਼ ਅੰਮ੍ਰਿਤਸਰ ਦੇ ਹਾਲਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਨੇਤਾ ਤਰੁਣ ਚੁੰਗ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। 84 ਦੇ ਸਿੱਖ ਕਤਲੋਗਾਰਤ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨੇ ਗਾਂਧੀ ਪਰਿਵਾਰ ਦੇ ਇਸ਼ਾਰਿਆਂ ਤੇ ਗਲੀਆਂ 'ਚ, ਬਾਜ਼ਾਰਾਂ 'ਚ, ਦਿੱਲੀ ਦੀਆਂ ਸੜਕਾਂ 'ਚ, ਪੂਰੇ ਹਿੰਦੁਸਤਾਨ 'ਚ ਜਗ੍ਹਾ ਜਗ੍ਹਾ 'ਤੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾ ਕੇ ਕਤਲੋਗਾਰਤ ਕੀਤੀ। ਮਕਾਨਾਂ ਦੇ ਮਕਾਨ ਜਲਾਤੇ, ਗੁਰਦੁਆਰੇ ਜਲਾਤੇ, ਧਾਰਮਿਕ ਸਥਾਨ ਜਲਾਤੇ, ਸ਼ੈਕਸ਼ਨਿਕ ਸਥਾਨ, ਸਕੂਲ ਕਾਲਜ ਜਲਾਤੇ, ਹਜ਼ਾਰਾਂ ਲੋਕਾਂ ਦਾ ਕਤਲ ਕੀਤਾ। ਔਰ ਲਗਾਤਾਰ ਕਾਂਗਰਸ ਪਾਰਟੀ ਉਹਨਾਂ ਨੂੰ ਬਚਾਉਣ 'ਚ ਲੱਗੀ ਰਹੀ। ਕੇਵਲ ਬਚਾਉਣ 'ਚ ਨਹੀਂ ਲੱਗੀ ਗਈ, ਜਿਹੜੇ ਕਾਤਲ ਸੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ, ਮੰਤਰੀ ਬਣਾਇਆ, ਸੁਸ਼ੋਭਿਤ ਕੀਤਾ, ਉਹਨਾਂ ਨੂੰ ਪਾਰਟੀ 'ਚ ਪਦ ਦਿੱਤੇ। ਲਗਾਤਾਰ ਉਹਨਾਂ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਲੱਗੀ ਰਹੀ। ਈਵਨ ਜਗਦੀਸ਼ ਟਾਈਟਲਰ ਵਰਗੇ ਬੰਦੇ ਨੇ ਕਹਿ ਦਿੱਤਾ ਕਿ ਮੈਂ ਇੰਨੇ ਸਿੱਖ ਮਾਰੇ, ਮੇਰਾ ਕੀ ਹੋ ਗਿਆ। ਅੱਜ ਜਦੋਂ 2014 'ਚ ਮੋਦੀ ਸਾਹਿਬ ਦੀ ਸਰਕਾਰ ਆਈ ਅਤੇ ਮੋਦੀ ਸਾਹਿਬ ਨੇ ਸਿੱਟ ਬਣਾਈ, ਉਹ 32-32 ਸਾਲ ਪੁਰਾਣੇ, 30-30 ਸਾਲ ਪੁਰਾਣੇ ਕੇਸ ਖੋਲ੍ਹੇ, ਔਰ ਉਹਨਾਂ ਕੇਸਾਂ ਦੇ ਖੁੱਲ੍ਹਣ ਤੋਂ ਬਾਅਦ ਅੱਜ ਸੱਜਣ ਜੇਲ੍ਹ 'ਚ ਹੈ। ਕਈ ਜੇਲ੍ਹ 'ਚ ਜਾਣ ਨੂੰ ਤਿਆਰ ਬੈਠੇ ਨੇ, ਕਈਆਂ ਨੂੰ ਫਾਂਸੀ ਦੀ ਸਜ਼ਾ ਆਉਣ ਵਾਲੀ ਹੈ। ਜਿਹੜੇ ਕਾਂਗਰਸ ਰਾਜ 'ਚ ਰਾਜ ਭੋਗ ਰਹੇ ਸੀ, ਉਹ ਜੇਲ੍ਹ ਜਾਣ ਦੀ ਔਰ ਫਾਂਸੀ ਦੇ ਫੰਦਿਆਂ 'ਤੇ ਜਾਣ ਵਾਸਤੇ ਉਹਨਾਂ ਦੇ ਰਸਤੇ ਮੋਦੀ ਸਾਹਿਬ ਨੇ ਕਾਨੂੰਨ ਦੇ ਰਾਹੀਂ ਬਣਾਏ ਨੇ। ਉਸ ਕਤਲੋਗਾਰਤ ਨੂੰ ਜਸਟੀਫਾਈ ਕਰਨ ਵਾਸਤੇ ਕਾਂਗਰਸ ਨੇ ਉਦੋਂ ਰੈਲੀ ਕੀਤੀ ਸੀ ਰਾਮਲੀਲਾ ਮੈਦਾਨ 'ਚ, ਰਾਜੀਵ ਗਾਂਧੀ ਬੋਲੇ ਸੀ। ਅੱਜ ਦੇ ਕਾਂਗਰਸ ਦੇ ਪ੍ਰੈਜੀਡੈਂਟ ਰਾਹੁਲ ਗਾਂਧੀ ਦੇ ਪਿਤਾ ਕਿ ਇੱਕ ਪੇੜ ਡਿੱਗਦਾ ਅਤੇ ਧਰਤੀ ਹਿਲਦੀ ਹੈ, ਵੱਡਾ ਪੇੜ ਡਿੱਗਾ, ਇੰਦਰਾ ਗਾਂਧੀ ਮਰੀ ਹੈ ਅਤੇ ਮਰ ਗਏ ਸਿੱਖ, ਤਾਂ ਕੀ ਹੋ ਗਿਆ। ਅੱਜ 35 ਸਾਲ ਬਾਅਦ ਫਿਰ ਉਹੋ ਹੀ ਇੱਕ ਤਿੱਖਾ ਮਿਰਚਾਂ ਲਾਉਣ ਵਾਲਾ, ਨਮਕ ਛਿਣਕਣ ਵਾਲਾ ਸਾਡੇ ਜ਼ਖਮਾਂ 'ਤੇ ਬਿਆਨ ਰਾਹੁਲ ਗਾਂਧੀ ਦੇ ਗੁਰੂ ਸੈਮ ਪਤਰੋਦਾ ਨੇ ਦਿੱਤਾ। ਅੱਜ ਪੂਰੇ ਦੇਸ਼ 'ਚ ਰੋਸ ਹੈ, ਲੋਕ ਸੜਕਾਂ 'ਤੇ ਆਏ ਨੇ, ਪ੍ਰਦਰਸ਼ਨ ਹੋ ਰਹੇ ਨੇ ਕਿ ਰਾਹੁਲ ਗਾਂਧੀ ਦੇ ਗੁਰੂ ਜਿਹੜੇ ਰਾਹੁਲ ਗਾਂਧੀ ਨੂੰ ਡਿਕਟੇਸ਼ਨ ਦਿੰਦੇ ਨੇ, ਉਹ ਪੰਜਾਬੀਆਂ ਬਾਰੇ, ਸਿੱਖਾਂ ਬਾਰੇ ਉਹਨਾਂ ਦੇ ਮਨ 'ਚ ਕਿੰਨਾ ਦੁਸ਼ ਹੈ। ਮੈਂ ਅੱਜ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਬੜੀ ਪਹਿਰੇਦਾਰੀ ਕਰਦੇ ਨੇ ਪੰਜਾਬ ਦੀ, ਜਵਾਬ ਦੇਣ। 1984 'ਚ ਉਹਨਾਂ ਨੇ ਅਸਤੀਫਾ ਦਿੱਤਾ ਸੀ ਲੋਕ ਸਭਾ ਤੋਂ, ਅੱਜ ਫਿਰ ਵਕਤ ਆਇਆ ਕਲੀਅਰ ਕਰਨ ਕਿ ਉਹਨਾਂ ਦੀ ਟਾਈਟਲਰ ਨਾਲ ਕੀ ਭਾਈ ਵਾਲੀ ਹੈ, ਉਹਨਾਂ ਦੀ ਸੱਜਣ ਨਾਲ ਕੀ ਭਾਈ ਵਾਲੀ ਹੈ, ਇਹਨਾਂ ਕਾਤਲਾਂ ਨਾਲ ਉਹਨਾਂ ਦੇ ਕੀ ਸੰਬੰਧ ਨੇ, ਉਹ ਇਹਨਾਂ ਦੇ ਪੋਲੀਟੀਕਲ ਕੁਲੀਕ ਨੇ। ਕੈਪਟਨ ਸਾਹਿਬ, ਉਦੋਂ ਤਾਂ ਤੁਸੀਂ ਅਸਤੀਫਾ ਦਿੱਤਾ ਸੀ, ਅੱਜ ਸੱਤਾ ਦਾ ਲਾਲਚ, ਚੀਫ ਮਿਨਿਸਟਰੀ ਦੀ ਸੀਟ ਦਾ ਲਾਲਚ, ਤੁਸੀਂ ਇੱਕ ਵਰਡ ਨਹੀਂ ਬੋਲੇ। ਸਿੱਖਾਂ ਦੇ ਕਤਲਾਂ ਨੂੰ ਜਸਟੀਫਾਈ ਕਰਾਉਣ ਵਾਲਿਆਂ ਦੇ ਖਿਲਾਫ਼ ਇੱਕ ਸ਼ਬਦ ਨਹੀਂ ਕਿਹਾ। ਅੱਜ ਤੁਹਾਡਾ ਸਿਰ ਝੁਕਦਾ ਹੈ ਉਸ ਕਤਲੋਗਾਰਤ ਦਾ, ਸਭ ਕੰਟਰੋਲ ਕਰਨ ਵਾਲੀ ਸੋਨੀਆ ਗਾਂਧੀ ਅੱਗੇ, ਰਾਹੁਲ ਗਾਂਧੀ ਅੱਗੇ, ਗਾਂਧੀ ਪਰਿਵਾਰ ਅੱਗੇ, ਜਿਨ੍ਹਾਂ ਨੇ ਜਸਟੀਫਾਈ ਕੀਤਾ। ਅੱਜ ਉਹਦਾ ਗੁਰੂ ਬੋਲ ਰਿਹਾ ਅਤੇ ਕੈਪਟਨ ਚੁੱਪ ਕਿਉਂ ਹੈ, ਕਿਉਂ ਹੈ ਕਾਂਗਰਸ ਦੀ ਲੀਡਰਸ਼ਿਪ ਚੁੱਪ? ਕਿਆ ਹਰਿਮੰਦਰ ਸਾਹਿਬ 'ਤੇ ਟੈਂਕ ਚੜ੍ਹਾਉਣ ਵਾਲੇ, ਸਿੱਖਾਂ ਨੂੰ ਕਤਲ ਕਰਨ ਵਾਲਿਆਂ ਦੇ ਨਾਲ ਅੱਜ ਕਾਂਗਰਸ ਦਾ ਹੱਥ ਨਹੀਂ, ਉਦੋਂ ਨਹੀਂ ਸੀ। ਜਨਤਾ ਜਵਾਬ ਦੇਗੀ। ਪੰਜਾਬ ਦਾ ਅਪਮਾਨ, ਸਿੱਖਾਂ ਦਾ ਅਪਮਾਨ, ਮਾਨਵਤਾ ਦਾ ਅਪਮਾਨ ਰਾਹੁਲ ਗਾਂਧੀ ਨੇ, ਰਾਜੀਵ ਗਾਂਧੀ ਨੇ ਕੀਤਾ ਸੀ, ਕਾਂਗਰਸੀਆਂ ਨੇ ਕੀਤਾ ਸੀ, ਕਤਲੋਗਾਰਤ ਕੀਤੀ ਸੀ। ਅੱਜ ਰਾਹੁਲ ਗਾਂਧੀ ਦੇ ਗੁਰੂ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ, ਪਤਰੋਦਾ ਨੇ ਕੀਤਾ। ਅੱਜ ਕੈਪਟਨ ਸਾਹਿਬ ਦੀ ਜ਼ੁਬਾਨ ਕਿੱਥੇ ਚਲੀ ਗਈ? ਅੱਜ ਕਾਂਗਰਸ ਦੀ ਲੀਡਰਸ਼ਿਪ ਚੁੱਪ ਕਿਉਂ ਹੈ? ਜਨਤਾ ਨੂੰ ਜਵਾਬ ਦੇਣ। ਅੱਜ ਹੈ ਪ੍ਰੋਟੈਸਟ, ਗੁੰਗੇ ਬਹਿਰੇ ਉਹਨਾਂ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਕਿ ਉਹਨਾਂ ਲੋਕਾਂ ਦੇ ਚਰਨਾਂ 'ਚ ਨਾ ਡਿੱਗੋ ਜਿਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ, ਅਕਾਲ ਤਖ਼ਤ 'ਤੇ ਤੋਪਾਂ ਦੇ ਗੋਲੇ ਸੁੱਟੇ, ਟੈਂਕ ਚਲਾ ਦਿੱਤੇ। ਅੱਜ ਦਾ ਪ੍ਰਦਰਸ਼ਨ ਸੈਮ ਪਤਰੋਦਾ ਨੂੰ ਚੇਤਾਵਨੀ ਹੈ ਕਿ ਪੰਜਾਬ ਦੀ ਜਨਤਾ 84 ਭੁੱਲੀ ਨਹੀਂ। ਤੇਰੇ ਇਸ਼ਾਰੇ ਕਰਨ ਨਾਲ, ਤੇਰਾ ਛੋਟਾ ਆਕਣ ਨਾਲ ਪੰਜਾਬ ਦੀ ਜਨਤਾ ਇਸ ਜ਼ਖਮ ਨੂੰ ਭੁੱਲੇਗੀ ਨਹੀਂ। ਔਰ ਤੂੰ ਸਾਡੇ ਜ਼ਖਮਾਂ 'ਤੇ ਨਮਕ ਛਿਣਕਿਆ, ਕਾਂਗਰਸ ਨੂੰ ਉਹਦਾ ਜਵਾਬ 2019 ਦੇ 23 ਮਈ ਦੇ ਰਿਜ਼ਲਟ ਦਿਖੇਗਾ।
देखो राजनीतिक तौर पर कर डेमोक्रेसी है, डेमोक्रेसी च डंडा नहीं चलना चाहिए। डेमोक्रेसी च मैं कभी भी केजरीवाल नू चप्पड़ मारन वाले और नवजोत सिद्धू नू चपेड़ या जुत्ता मारन वाले नू मैं जस्टिफाई नहीं कर सकता, लेकिन इन्हां लीडरां नू तो समझ आना चाहिए है कि देश की जनता का, देश की सेना का अपमान करन दा किन्ना रोष जनता च है। नवजोत सिंह सिद्धू नू समझ आना चाहिए है कि ISI दे चीफ दा जफ्फी पा के पाकिस्तान दे गुणगान करके लोकां दे मन च सिद्धू अज खल नायक बन चुका। जनता दे मन च क्रोश है, जनता नवजोत सिंह सिद्धू होवे जां केजरीवाल होवे जिन्हां ने देश दी सेना दा अपमान किया, जिन्हां ने लाशां ते रोटियां सेकियां, देश दे सेना दे वीरां दे शौर्य नू घाट आंकिया और पाकिस्तान की भाषा बोली है, जनता दे मन च की है ये एर तो समझ आता। राहुल गांधी ते गांधी परिवार दे गुरु, राजनीतिक गुरु कह सकते हैं, ते बड़ी कांग्रेस दे उच्च अहुदे ते बैठे सैम पटोदरा ने जिहड़ा एक पत्रकार सम्मेलन दे विच पत्रकार वीर ने जो सवाल पूछे IT4 राइट्स बारे भी उहदे च की कीता, ते उन्होंने बड़ी बेशर्मी नाल ते बड़े आराम नाल गल कहती भी इहो जे दंगे हुंदे रहिंदे ने, हुण की कीता जा सकदा। मैं समझदा बड़ी इंसानियत वास्ते बड़ी शर्मनाक गल है, ये हज़ारां जिहड़े कतल उत्थे होए, नौजवान धियां भैणां की बेअदबी हुई, छोटे छोटे बच्चों भी बख्शा नहीं गया, धार्मिक जिहड़े अस्थान सी गुरद्वारा साहिब उन्हां नूं भी अग की भेट चढ़ाया गया। मैं ये बेनती गल जो विवादिक बयान सैम पटोदरा जो कि राजनीतिक गुरु है राहुल गांधी का, राजीव गांधी नाल बड़े अच्छे तालुका सीगे, ते इस तरह भी कांग्रेस के बड़े उच्च अहुदे ते बैठे उन्हां वल्लों कल जदों शाम नूं एक पत्रकार वीर ने पूछा 84 राइट्स बारे, तो उन्हें बड़ा एक दिल नूं ठेस पहुँचाउण वास्ते इंसानियत दी जिहड़ी है मैं समझदा घाण करन वास्ते जिहड़ा एडे वड्डे कतलोगार्द होए सी, जिते हज़ारां दी तादाद विच बच्चियां नूं मारिया गया, बंदियां नूं मारिया गया, धार्मिक अस्थान भी साड़े गए, उस नरसिंहार गलां च टायर पा के साड़े गए, उहनूं इह बड़े आराम नाल कहिंदा भी फिर की हो गया जे होया। मैं समझदा कांग्रेस का चेहरा हमेशा ही लोगों सामने आया है, लोगों सामने आया किवें उन्होंने सिखां दे जज्बातां नाल खेडिया है, सिखां दे जज्बातां नाल खेडदे होए जिहड़े उस दे कसूरवार सी जगदीश टाइटलर सज्जन कुमार वर्गे ते अनेकां होर ऐसे उन्हां नूं लिहाज ही नहीं किया, चंगे चंगे उच्च अहुदियां ते भी उन्हां नूं बिठाया। सो मैं ये करदा मोदी साहब ने जिहड़ी सिट बनी सी उहदे तहत उन्हां नूं जिहड़ी कुछ सजावां होईआं ने, ते गांह जिहड़े रहिंदे आउण वाले समें च उह वी जेलां दे अंदर जाणगे सी। इहदे नाल वी देखो इकदम रात दा TV 'च वेख्या सिख जगत 'च होरना थावां ते लुधियाणे पटियाले मैनूं पता लगा भी उत्थे भी इस चीज़ का प्रोटेस्ट हो रहा। सो ये कांग्रेस